ਸਾਸਰੀ ਕਾ ਸਾਰੇ ਮੇਰੇ ਵੀਰਾਂ ਨੂੰ ਕੀ ਹਾਲ ਚਾਲ ਆਸ ਕਰਦੇ ਹਾਂ ਠੀਕ ਠਾਕ ਹੋਵਗੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਹਣਾ ਰਾਜੀ ਖੁਸ਼ੀ ਰੋ ਹਾਸਤੇ ਬਸਦੇ ਰਹੋ ਵੀ ਮੇਰੇ ਅੱਜ ਹੋ ਗਈ 29 ਅਗਸਤ 2024 ਦਿਨ ਹੋ ਗਿਆ ਵੀਰਵਾਰ 29 ਅਗਸਤ 2024 ਜਰਨਾਤਾ ਜੋਵੇਦੀ ਤੇ ਹਾਜ਼ਰਾਂ ਲੈ ਕੇ ਤੁਹਾਡੇ ਹਾਸਤੇ ਮੈਂ ਮੈਂ ਅਪਡੇਟ ਇਮੀਗ੍ਰੇਸ਼ਨ ਦੀ ਅੰਬੈਸੀ ਦੀ ਤੇ ਪੇਪਰਾਂ ਦੇ ਨਾਂ ਤੇ ਕੀ ਹੋ ਰਿਹਾ ਹੈ ਨਾ ਕਿੱਥੋਂ ਤੱਕ ਪਹੁੰਚ ਗਈ ਹੈ ਅੰਬੈਸੀ ਦੀ ਅਪਾਇੰਟਮੈਂਟ ਤੇ ਜਿਨ੍ਹਾਂ ਦੀ ਹਜੇ ਨਹੀਂ ਆਈ ਉਹਨਾਂ ਦਾ ਕੀ ਹਾਲ ਆ ਰਹੀ ਹੈ ਅਪਲੋਡ ਦਾ ਕੀ ਹਾਲ ਆ ਤੇ ਉਸ ਤੋਂ ਬਾਅਦ ਇਟਲੀ ਦੇ ਵਿੱਚ ਪਹੁੰਚ ਕੇ ਜਿਨ੍ਹਾਂ ਦੇ ਕਿੱਟਾਂ ਨਹੀਂ ਜਮਾ ਹੁੰਦੀਆਂ ਜਾਂ ਜਿਨ੍ਹਾਂ ਦਾ ਕਿੱਟਾਂ ਏਜੰਟ ਜਮਾ ਕਰਾ ਰਹੇ ਆ 2 ਨੰਬਰ ਚ ਉਹਨਾਂ ਦਾ ਕੀ ਹਾਲ ਹੁੰਦਾ ਤੇ ਸਾਰੀ ਜਾਣਕਾਰੀ ਲੈ ਕੇ ਹਾਜ਼ਰਾਂ ਤੇ ਸਾਰੀ ਨਿਊਜ਼ ਤੇ ਜਾਣ ਤੋਂ ਪਹਿਲਾਂ ਖਬਰ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਵੀਰ ਮੇਰੋ ਜਰੂਰ ਕਰ ਲਓ ਤੇ ਨਾਲ ਇੱਕ ਲਾਇਕ ਜਰੂਰ ਮਾਰ ਦਿਓ ਤੇ ਉਸ ਤੋਂ ਬਾਅਦ ਚੱਲਦੇ ਆਂ ਪਹਿਲੀ ਅਪਡੇਟ ਪਹਿਲੀ ਪਹਿਲੀ ਦਾ ਰਿਕੁਐਸਟ ਮੈਂ ਕਰਦਾ ਸਾਰੇ ਮੇਰੇ ਵੀਰਾਂ ਨੂੰ ਰਿਕੁਐਸਟ ਕਰਦਾ ਵੀਰ ਮੇਰੋ ਵੀ ਮੈਂ ਵੀ ਤੁਹਾਡੇ ਰਗਾ ਹਨਾ ਮੈਂ ਕੰਮ ਕਰਦਾ ਸਵੇਰੇ 5 ਵਜੇ ਉੱਠੀਦਾ ਤੇ ਰਾਤ ਨੂੰ 8 ਵਜੇ ਘਰੇ ਵੜੀਦਾ ਤੇ ਠੀਕ ਆ ਕੰਮ ਕਰਦੇ ਆ ਸਾਰੇ ਆਪਾਂ ਆਪ ਦੇ ਪਰਿਵਾਰ ਆਸਤੇ ਕਰਦੇ ਹੁੰਦੇ ਆ ਚਲੋ ਠੀਕ ਆ ਕੋਈ ਕਈ ਵਾਰ ਕਿਸੇ ਦੀ ਹੈਲਪ ਹੋ ਜਾਂਦੀ ਹੈ ਜਿਹੜੇ ਮੇਰੇ ਵੀਰ ਮੈਨੂੰ ਮੈਸੇਜ ਕਰਦੇ ਰਹਿੰਦੇ ਆ ਇੱਕ ਨਹੀਂ ਆਉਂਦਾ ਬਹੁਤ ਆਉਂਦੇ ਆ ਪਰ ਡੇ ਬਹੁਤ ਆਉਂਦੇ ਆ ਮੇਰੀ ਕੋਈ ਸੰਸਤਾ ਨਹੀਂ ਵੀਰ ਮੇਰੇ ਮੈਂ ਕਿਹਦੇ ਤੋਂ ਡੋਨੇਸ਼ਨ ਇਕੱਠਾ ਨਹੀਂ ਕਰਦਾ ਗਾਣਾ ਵੀ ਕਈ ਮੈਸੇਜ ਬਹੁਤ ਕਰਦੇ ਆ ਵੀ ਭਾਜੀ ਪੈਸਿਆਂ ਦੀ ਹੈਲਪ ਕਰ ਦਿਓ ਕੋਈ ਕਹਿੰਦਾ ਮੇਰਾ 20 ਹਜ਼ਾਰ ਘਟ ਗਿਆ ਕੋਈ ਕਹਿੰਦਾ 10 ਘਟ ਗਿਆ ਕੋਈ ਕਹਿੰਦਾ 5 ਘਟ ਗਿਆ ਕੋਈ ਕਹਿੰਦਾ 30 ਹਜ਼ਾਰ ਘਟਦਾ ਸੋ ਵੀ ਮੇਰੀ ਇਹ ਰਿਕੁਐਸਟ ਹੈ ਮੇਰੀ ਇਹੋ ਜਿਹਾ ਵੀਰ ਕੁਬੀਰ ਕੋਈ ਮੈਸੇਜ ਨਾ ਕਰੇ ਮੈਨੂੰ ਹਣਾ ਕਿਉਂਕਿ ਇਹ ਤੇ ਸਭ ਦਾ ਆਪੋ ਆਪਣਾ ਸਰਕਲ ਆ ਠੀਕ ਆ ਮੈਂ ਪਹਿਲਾਂ ਹੈਲਪ ਕੀਤੀ ਆ ਬਹੁਤ ਬੰਦਿਆਂ ਦੀ ਹੈਲਪ ਕੀਤੀ ਆ ਪਰ ਜਿਨ੍ਹਾਂ ਦੀ ਹੈਲਪ ਕੀਤੀ ਆ ਉਹ ਬੰਦੇ ਮੈਨੂੰ ਅਜੇ ਤੱਕ ਲੱਭੇ ਨਹੀਂ ਗਏ ਦੁਬਾਰਾ ਸੌਰੀ ਟੂ ਸੇ ਥੈਟ ਬਈ ਉਹ ਬੰਦੇ ਅਜੇ ਤੱਕ ਮੈਨੂੰ ਲੱਭੇ ਨਹੀਂ ਪਤਾ ਨਹੀਂ ਕਿੰਨੇ ਕਿ ਮੈਂ ਪੈਸੇ ਹੈਲਪ ਕਰਕੇ ਖਰਾਬ ਕਰ ਚੁੱਕਾ ਸੋ ਜਿਹੜੇ ਮੇਰੇ ਵੀਰ ਮੈਨੂੰ ਇਦਾਂ ਦੇ ਮੈਸੇਜ ਕਰਦੇ ਆ ਵੀ ਭਾਜੀ ਹੈਲਪ ਕਰ ਦਿਓ ਪੈਸੇ ਦੀ ਪਰ ਇਹਦੀ ਕੋਈ ਹੈਲਪ ਨਹੀਂ ਕਰ ਸਕਦਾ ਹਾਂ ਜੇ ਕੋਈ ਹੋਰ ਹੈਲਪ ਇਨਫਾਰਮੇਸ਼ਨ ਚਾਹੀਦੀ ਹੈ ਉਹ ਜ਼ਰੂਰ ਮੈਂ ਕਰ ਸਕਦਾ ਕਿਉਂਕਿ ਮੇਰੀ ਕੋਈ ਸੋਸਾਇਟੀ ਨਹੀਂ ਕੋਈ ਸੰਸਥਾ ਨਹੀਂ ਜੀ ਠੀਕ ਹੈ ਨਾ ਮੈਂ ਕਿਸੇ ਨੂੰ ਪੈਸੇ ਲੈਣਾ ਤੇ ਨਾ ਹੀ ਮੈਂ ਹੁਣ ਅੱਗੇ ਕਿਸੇ ਨੂੰ ਦੇ ਸਕਦਾ ਪੈਸਾ ਸੋ ਆਪੋ ਆਪਣਾ ਸਰਕ ਹੁੰਦਾ ਫੈਮਿਲੀ ਦਾ ਸਹੀ ਹੈ ਤੇ ਅੱਗੇ ਗੱਲ ਕਰਦੇ ਆਂ ਅਪਾਇੰਟਮੈਂਟਾਂ ਦੀ ਅਪਾਇੰਟਮੈਂਟ ਲੇਟੈਸਟ ਦਿੱਲੀ ਦਾ ਆ ਰਿਹਾ ਆਪਣੇ ਕੋਲੇ ਸਾਰਾ ਬਾਇਓ ਡਾਟਾ ਦਿੱਲੀ ਦਾ ਰੈਫਰੈਂਸ ਨੰਬਰ 55900 ਪਲੱਸ ਪਹੁੰਚ ਚੁੱਕਾ ਦਿੱਲੀ ਦਾ ਤੇ 20 ਸਤੰਬਰ ਦੀਆਂ ਮਿਲ ਰਹੀਆਂ ਦਿੱਲੀ ਦੀਆਂ ਅਪਾਇੰਟਮੈਂਟਾਂ 55900 ਕੁਸ਼ ਸਹੀ ਹੈ तकरीबन 56000 56000 ਦਿੱਲੀ ਦੀਆਂ ਜਲੰਧਰ ਤੇ ਚੰਡੀਗੜ੍ਹ ਦੀ ਕੋਈ ਅਪਡੇਟ ਨਹੀਂ ਆਏਗੀ ਕਿਉਂਕਿ ਜਲੰਧਰ ਦੀ ਤਾਂ ਮੈਂ ਕਹਿ ਨਹੀਂ ਸਕਦਾ ਚੰਡੀਗੜ੍ਹ ਵੀ ਇੱਕ ਕੱਲ ਗਿਆ ਸੀਗਾ ਆਪਣਾ ਬੰਦਾ ਹੀ ਤੇ ਚੰਡੀਗੜ੍ਹ ਵੀ ਉੱਥੇ ਹਾਲ ਕੁਝ ਠੀਕ ਨਹੀਂ ਕਿਉਂਕਿ ਜਦੋਂ ਉਹ ਗਿਆ ਕਹਿੰਦਾ ਵੀ ਭਾਜੀ ਸਾਰੇ 9 ਬੰਦੇ ਸੀਗੇ ਉੱਥੇ ਫੈਲ ਜਮਾ ਕਰਾਉਣ ਵਾਲੇ ਦੱਸੋ ਯਾਰ ਤੁਸੀਂ ਅਪਾਇੰਟਮੈਂਟਾਂ ਦੋਵੋਗੇ ਤਾਂ ਹੀ ਆਉਣਗੇ ਬੰਦੇ ਬਾਅਦ ਉੱਥੇ ਤੇ ਕੰਮ ਤਾਂ ਵੀ ਐਫਐਸ ਆਪ ਨਹੀਂ ਕਰਕੇ ਰਾਇ ਜੀ 9 ਬੰਦੇ ਪਰਸੋਂ ਦੀ ਗੱਲ ਆ ਸਵੇਰੇ 8:30 ਦਾ ਟਾਈਮ ਸੀਗਾ ਅਪਾਇੰਟਮੈਂਟ ਦਾ ਉਸ ਤੋਂ ਬਾਅਦ ਗਏ ਹੁਣ ਜਿਆਦਾ ਪਤਾ ਨਹੀਂ ਮੈਂ ਕਹਿ ਨਹੀਂ ਸਕਦਾ ਸਵੇਰੇ 9:00 ਵਜੇ ਤਕਰੀਬਨ 9 9 ਬੰਦੇ ਉਥੇ 9 ਟੋਕਨ 9 ਨੰਬਰ ਤੱਕ ਟੋਕਨ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਵੀਰਾਂ ਦੇ ਹਜੇ ਤੱਕ ਰੈਫਰੈਂਸ ਨੰਬਰ ਲੰਘ ਚੁੱਕੇ ਆ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਆ ਭਾਈ ਭਾਈ ਤੁਸੀਂ ਰੈਫਰੈਂਸ ਨੰਬਰ ਦੱਸਤਾ ਵੀ ਅੱਜ 60000 ਦੇ ਨੇ ਜਿਹੜਾ 55000 ਦੇ ਨੇ ਜਿਹੜਾ ਹਨਾ ਪਾਰ ਕਰ ਚੁੱਕਾ ਜਿਵੇਂ ਅੱਜ ਦਿੱਲੀ ਦਾ 55900 ਪਾਰ ਕਰ ਚੁੱਕਾ ਵੀ ਕਿਸੇ ਦਾ 53000 ਸੀਗਾ ਕਿਸੇ ਦਾ 52000 ਸੀਗਾ ਅਪਾਇੰਟਮੈਂਟ ਨਹੀਂ ਆਈ ਨਾ ਹੀ ਕੋਈ ਰੀ ਅਪਲੋਡ ਦੀ ਆਈ ਆ ਮੇਰੇ ਨਾ ਹੀ ਰਿਜੈਕਸ਼ਨ ਦੀ ਮੇਲ ਆਈ ਆ ਪੁਆਇੰਟ ਮੰਟ ਨਹੀਂ ਆਈ ਉਹ ਮੇਰੇ ਵੀ ਦੀ ਵੇਟ ਕਰੋ ਕਿਉਂਕਿ ਕਾਰਨ ਇਹ ਆ ਵੀ ਤੁਹਾਡੀ ਜਿਹੜੀ ਵੈਰੀਫਿਕੇਸ਼ਨ ਹੋ ਰਹੀ ਹੈ ਨਾ ਨੂਲੇ ਉਸਤੇ ਤੇ ਪਾਸਪੋਰਟ ਦੀ ਉਹਦੇ ਵਿੱਚ ਦੇਰੀ ਲੱਗ ਰਹੀ ਹੈ ਉਹਦੇ ਵਿੱਚ ਦੇਰੀ ਲੱਗ ਰਹੀ ਆ ਤੇ ਜੇਕਰ ਤੁਹਾਡੀ ਇਨਫੋਰਮੇਸ਼ਨ ਗਲਤ ਭਰੀ ਹੁੰਦੀ ਫੇਰ ਤੁਹਾਡਾ ਰੀ ਅਪਲੋਡ ਮੰਗ ਲੈਣਾ ਸੀ ਉਹਨਾਂ ਨੇ ਇਨਫੋਰਮੇਸ਼ਨ ਸਹੀ ਆ ਸਾਰਾ ਕੁਝ ਸਹੀ ਆ ਤੁਹਾਡੀ ਅਪਾਇੰਟਮੈਂਟ ਜਿਹੜੀ ਆਜੂਗੀ ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਸ਼ੇਅਰ ਕਰਦਾ ਵੀ ਜਿਹੜੇ ਪੁੱਛਦੇ ਆ ਵੀਰ ਬਈ ਜਿਨ੍ਹਾਂ ਦੀ ਰੀ ਅਪਲੋਡ ਆ ਰਹੀ ਹੈ ਉਹਨਾਂ ਦਾ 100% ਬਈ ਅਪਾਇੰਟਮੈਂਟ ਮਿਲੂ ਕਿ ਨਹੀਂ ਮਿਲੂ ਨਹੀਂ 100% ਨਹੀਂ ਮਿਲਨੇਗੀ ਉਹਨਾਂ ਦੇ ਵਿੱਚੋਂ 50% ਬੰਦਿਆਂ ਦੀ ਰਿਜੈਕਸ਼ਨ ਹੋਣੀ ਆ ਤੇ 50% ਬੰਦਿਆਂ ਨੂੰ ਅਪਾਇੰਟਮੈਂਟ ਮਿਲੂਗੀ ਕਾਰਨ ਵੀਰ ਮੇਰੇ ਧਿਆਨ ਨਾਲ ਸੁਣ ਲਿਆ ਕਰੋ ਬਾਅਦ ਚ ਟਿੱਪਣੀਆਂ ਬਹੁਤ ਕਰਦੇ ਹੁੰਦੇ ਆ ਨਾ ਠੀਕ ਹੈ ਚਲੋ ਕਾਰਨਾਂ ਦੇ ਕਰੀ ਜਾਣੀਆਂ ਕਾਰਨ ਕੀ ਆ ਕਾਰਨ ਰੀ ਅਪਲੋਡ ਜੇ ਤੁਹਾਡੇ ਕੋਲ ਮੰਗਦੇ ਆ ਰੀ ਅਪਲੋਡ ਇਸ ਕਰਕੇ ਮੰਗਦੇ ਆ ਦੋ ਕਾਰਨ ਹੁੰਦੇ ਆ ਵੀ ਇੱਕ ਤਾਂ ਤੁਸੀਂ ਜਿਹੜੀ ਇਨਫੋਰਮੇਸ਼ਨ ਭਰੀ ਆ ਉਹਦੇ ਵਿੱਚ ਫਰਕ ਆ ਤੇ ਜਿਹੜੇ ਡਾਕੂਮੈਂਟ ਭਰੇ ਆ ਉਹ ਹੋਰ ਆ ਤੇ ਇਨਫੋਰਮੇਸ਼ਨ ਹੋਰ ਆ ਹੈਨਾ ਇਸ ਕਰਕੇ ਮੰਗਦੇ ਆ ਇਹਦਾ ਮਤਲਬ ਜੇਕਰ ਤਾਂ ਤੁਹਾਡੇ ਤੋਂ ਰੀ ਅਪਲੋਡ ਮੰਗੇ ਆ ਪੀਡੀਐਫ ਜਿਹੜਾ ਤੁਹਾਡਾ ਸਾਫ਼ ਨਹੀਂ ਮੰਨ ਲਓ ਕਿਸੇ ਦਾ ਪੀਡੀਐਫ ਸਾਫ਼ ਨਹੀਂਗਾ ਠੀਕ ਆ ਜੇਕਰ ਉਹ ਤੁਸੀਂ ਸਾਫ਼ ਪੀਡੀਐਫ ਸਕੈਨ ਕਰਕੇ ਭੇਜ ਦਿਨੇ ਆ ਪਾਸਪੋਰਟ ਦਾ ਤੇ ਦੂਲੇ ਉਸ ਤੇ ਦਾ ਫਿਰ ਤਾਂ ਤੁਹਾਡੀ ਓਕੇ ਆ ਅਪਾਇੰਟਮੈਂਟ ਸਹੀ ਆ ਫਿਰ ਤੁਹਾਨੂੰ ਅਪਾਇੰਟਮੈਂਟ ਮਿਲੂਗੀ ਹਾਂ ਜੇਕਰ ਤੁਸੀਂ ਫਾਰਮ ਭਰਨ ਦੇ ਵਿੱਚ ਗਲਤੀ ਕੀਤੀ ਆ ਵੇਵ ਫਾਰਮ ਭਰਦੇ ਵੇਲੇ ਗਲਤੀ ਕੀਤੀ ਹੈ ਕੋਈ ਨਾਮ ਦੀ ਨੰਬਰ ਦੀ ਡੇਟ ਆਫ ਬਰਥ ਦੀ ਕੋਈ ਵੀ ਗਲਤੀ ਕੀਤੀ ਹੈ ਐਮਬੈਸੀ ਨੇ ਕੱਲ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਤਾ ਵੀ ਜਿਹਦੀ ਨਾਮ ਦੇ ਵਿੱਚ ਡੇਟ ਆਫ ਬਰਥ ਦੇ ਵਿੱਚ ਪਾਸਪੋਰਟ ਨੰਬਰ ਦੇ ਵਿੱਚ ਇੱਕ ਵੀ ਗਲਤੀ ਆ ਉਹਨੂੰ ਰਿਜੈਕਸ਼ਨ ਮਿਲੂਗੀ ਮਿਲੂਗੀ ਠੀਕ ਆ ਪਹਿਲਾਂ ਇਹਨੇ ਰੀ ਅਪਲੋਡ ਮੰਗਣੀ ਆ ਵੀ ਹੋ ਸਕਦਾ ਤੁਹਾਡੇ ਕੋਲ ਗਲਤੀ ਪੀਡੀਐਫ ਭੇਜਣ ਦੇ ਵਿੱਚ ਹੋ ਗਈ ਹੋਵੇ ਕਿਉਂਕਿ ਇਹਨਾਂ ਨੇ ਮੈਚ ਕਰਨਾ ਤੁਹਾਡੇ ਭੇਜੇ ਹੋਏ ਪੀਡੀਐਫ ਦੇ ਨਾਲ ਨਾਮ ਨੰਬਰ ਤੁਹਾਡਾ ਡੇਟ ਆਫ ਬਰਥ ਜਿਹੜੀ ਤੁਸੀਂ ਇਨਫੋਰਮੇਸ਼ਨ ਭਰੀ ਹੈ ਉਹ ਮੈਚ ਕਰਨੀ ਇਹਨਾਂ ਨੇ ਹੋਰ ਕੁਝ ਨਹੀਂ VFS ਨੇ VFS ਦੇ ਹੱਥ ਵਿੱਚ ਸਭ ਕੁਝ ਨਹੀਂਗਾ ਜੇ ਨਹੀਂ ਮੈਚ ਹੁੰਦੀ ਉਹਨਾਂ ਨੇ ਤੁਹਾਡੇ ਕੋਲ ਦੁਬਾਰਾ ਰੀ ਅਪਲੋਡ ਮੰਗਣੀ ਆ ਵੀ ਦੁਬਾਰਾ ਭੇਜੋ ਵੀ ਹੋ ਸਕਦਾ ਤੁਹਾਡੇ ਕੋਲ ਗਲਤ ਭੇਜਿਆ ਗਿਆ ਹੋਵੇ ਕਿਉਂਕਿ ਇਹਨਾਂ ਨੇ ਦੁਬਾਰਾ ਐਡਿਟ ਕਰਨ ਨੂੰ ਨਹੀਂ ਕਹਿਣਾ ਵੀ ਨਾ ਹੀ ਤੁਹਾਨੂੰ ਪਤਾ ਵੀ ਜਿਹੜਾ ਤੁਸੀਂ ਫਾਰਮ ਭਰਿਆ ਸੀਗਾ ਉਹਦੇ ਵਿੱਚ ਤੁਸੀਂ ਕੀ ਕੀ ਭਰ ਕੇ ਭੇਜਿਆ ਕਿਸੇ ਨੂੰ ਨਹੀਂ ਪਤਾ ਹੁਣ 80% ਬੰਦਿਆਂ ਨੂੰ ਕਿਸੇ ਨੂੰ ਨਹੀਂ ਪਤਾ ਹਾਂ 20% ਬੰਦੇ ਜਿਹੜਿਆਂ ਨੇ ਦੁਬਾਰਾ ਰੀਚੈਕ ਕੀਤਾ ਸੀਗਾ ਸਬਮਿਟ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ 2-3 ਵਾਰੀ ਵੇਖਿਆ ਇਹ ਧਿਆਨ ਨਾਲ ਉਹਨਾਂ ਨੂੰ ਤਾਂ ਸਹੀ ਹੈ ਤੇ ਜਿਨ੍ਹਾਂ ਨੇ ਨਹੀਂ ਕੀਤਾ ਤੇ ਉਹਨਾਂ ਤੋਂ ਫੇਰ ਉਹਨਾਂ ਦਾ ਕੋਈ ਹੱਲ ਨਹੀਂ ਹੋਣਾ ਉਹਨਾਂ ਦੀ ਰਿਜੈਕਟ ਹੋਊਗੀ ਹੋਗੀ ਸੋ ਵੀਰ ਮੇਰੇ ਹੁਣ ਵੀ ਜਦੋਂ ਵੈਬ ਫਾਰਮ ਖੁੱਲੂਗਾ ਜਦੋਂ ਤੁਸੀਂ ਭਰਦੇ ਆ ਥੋੜਾ ਜਿਹਾ ਧਿਆਨ ਨਾਲ ਚੈੱਕ ਕਰ ਲਿਆ ਕੋਲ ਕੋ ਨਹੀਂ ਹੁੰਦਾ 5 ਮਿੰਟ ਲੱਗ ਜਾਣਗੇ ਹੋਰ ਬਾਅਦ 10 ਮਿੰਟ ਲੱਗ ਜਾਣਗੇ ਚੈੱਕ ਕਰਕੇ ਤੇ ਆਪਦਾ ਵੈਬ ਫਾਰਮ ਭਰਿਓ ਉਸ ਤੋਂ ਬਾਅਦ ਜਿਹੜਾ ਇਟਲੀ ਦਾ ਵੀਜ਼ਾ ਜਿਹੜਾ ਹੁਣ ਨਾਰਮਲ ਆ ਰਿਹਾ ਜਿਹੜੇ ਵੀ ਵੀ ਫਾਈਲਾਂ ਜਮਾ ਕਰਾ ਰਹੇ ਆ ਹਨਾ ਉਹਨਾਂ ਦਾ ਵੀਜ਼ਾ ਤੌਰ ਪਰ 7 ਤੋਂ 8 ਦਿਨਾਂ ਦੇ ਵਿੱਚ ਵੀਜ਼ਾ ਆ ਰਿਹਾ ਵਰਕਿੰਗ ਡੇਸ ਮਤਲਬ 7 ਤੋਂ 8 ਵਰਕਿੰਗ ਡੇਸ ਮੰਨ ਲਓ ਕਿਸੇ ਨੇ ਅੱਜ ਹੈਗਾ ਵੀਰਵਾਰ ਨੈਕਸਟ ਜਿਹਨੇ ਅੱਜ ਫਾਈਲ ਜਮਾ ਕਰਾਈ ਜਾਂ ਨੈਕਸਟ ਸ਼ੁੱਕਰਵਾਰ ਤੱਕ ਤੁਹਾਡਾ ਜੇਕਰ ਸਾਰਾ ਕੁਝ ਬਿਨਾਂ ਰੁਕਾਵਟ ਦੇ ਹੈਗਾ ਤੇ ਤੁਹਾਡਾ ਅਗਲੇ ਵੀਰ ਸ਼ੁੱਕਰਵਾਰ ਤੱਕ ਜਿਹੜਾ ਪਾਸਪੋਰਟ ਡਿਸਪੈਚ ਹੋ ਜਾਣਾ ਜੇਕਰ ਤੁਹਾਨੂੰ ਪਾਸਪੋਰਟ ਡਿਸਪੈਚ ਹੋਇਆ ਕੋਰੀਅਰ ਹਨਾ ਬਲੂ ਡਾਟ ਦੇ ਵਿੱਚ ਤੈ ਆਇਆ ਤਾਂ ਸਮਝੋ ਵੀ ਤੁਹਾਡਾ ਵੀਜ਼ਾ ਲੱਗ ਗਿਆ ਵਿਆ 100% ਤੇ ਜੇਕਰ ਤੁਹਾਨੂੰ ਪਾਸਪੋਰਟ ਕਲੈਕਟ ਕਰਨ ਵਾਸਤੇ VFS ਦੇ ਵਿੱਚ ਬੁਲਾਇਆ ਗਿਆ ਹਨਾ ਫੇ ਸਮਝੋ ਤੁਹਾਡਾ ਵੀਜ਼ਾ ਰਿਜੈਕਟ ਹੋਇਆ ਵਿਆ ਆ ਨੋਟ ਸੈਂਡ ਕਰਾ ਕੇ ਖਾਲੀ ਪਾਸਪੋਰਟ ਦੇਣਾ ਉਹਨਾਂ ਨੇ ਹੋਰ ਕੁਝ ਨਹੀਂ ਇਹ ਗੱਲ ਵੀ ਥੋੜੀ ਜੀ ਨੋਟ ਕਰ ਲਿਓ ਮੇਰੇ ਬਾਈ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਇਟਲੀ ਦੇ ਵੱਲ ਚਲਦੇ ਆ ਥੋੜਾ ਜਿਹਾ ਚਲੋ ਵੀਜ਼ਾ ਲੱਗ ਜੂਗਾ ਲੱਗ ਵੀ ਰਹੇ ਆ ਵੀਰਾਂ ਦੇ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵੀਰ ਆਪਾਂ ਨੂੰ ਭੇਜ ਵੀ ਰਹੇ ਆ ਹਨ ਤੇ ਅੱਗੇ ਇੱਕ ਕਮੈਂਟ ਮੇਰੇ ਸਾਹਮਣੇ ਆ ਰਿਹਾ ਤੇ ਵੀਰ ਜੀ ਟੋਟਲ ਦਿੱਲੀ ਚੰਡੀਗੜ੍ਹ ਜਲੰਧਰ ਅਪਾਇੰਟਮੈਂਟ ਕਿੰਨੀਆਂ ਬੁੱਕ ਹੋ ਗਈਆਂ ਇਨ੍ਹਾਂ ਤਿੰਨ ਚ ਅਲੱਗ-ਅਲੱਗ 2 ਲੱਖ ਹੋਈਆਂ ਸਾਰਿਆਂ 2 ਲੱਖ ਨਹੀਂ ਟੋਟਲ ਜਿਹੜਾ ਆਪਣਾ ਸੈਂਟਰ ਆਣਾ ਪੈਂਦਾ ਸੈਂਟਰ ਜਿਹੜਾ ਆਪਾਂ ਨੂੰ ਜ਼ੋਨ ਪੈਂਦਾ ਉਹ ਆਪਾਂ ਨੂੰ ਦਿੱਲੀ ਪੈਂਦਾ ਇਹ ਦਿੱਲੀ ਇਟਲੀ ਬੇਸਿਡ ਦਿੱਲੀ ਦੇ ਬ੍ਰਾਂਚਾਂ ਹੈ ਬ੍ਰਾਂਚਾਂ ਹੈ ਵੀਐਫਐਸ ਸੈਂਟਰ ਜਲੰਧਰ ਚੰਡੀਗੜ੍ਹ ਤੇ ਦਿੱਲੀ ਇਹ ਇਟਲੀ ਐਮਬੈਸੀ ਦੇ ਬ੍ਰਾਂਚ ਆ ਇਹ ਮਤਲਬ ਏਜੰਟ ਕਹਿ ਸਕਦੇ ਇਹਨਾਂ ਨੂੰ ਆਪਾਂ ਡਾਕੀਏ ਜਿਹੜੇ ਤੁਹਾਡੇ ਤੋਂ ਪਹਿਲਾਂ ਫੜ ਕੇ ਐਮਬੈਸੀ ਭੇਜਦੇ ਆ ਜਦੋਂ ਐਮਬੈਸੀ ਵੀਜ਼ਾ ਲਾ ਦਿੰਦੀ ਆ ਤੇ ਫੇਰ ਤੁਹਾਡੇ ਤੱਕ ਪਹੁੰਚ ਜਾਂਦੇ ਆ ਇਹਨਾਂ ਦਾ ਰੈਫਰੈਂਸ ਨੰਬਰ ਵੀ ਮੇਰੇ ਕੋਲ ਇੱਕੋ ਹੀ ਆ ਹਨਾ ਤਿੰਨਾਂ ਦਾ ਇਹ ਨਹੀਂ ਵੀ 2 ਲੱਖ ਚੰਡੀਗੜ੍ਹ ਦਾ 2 ਲੱਖ ਦਿੱਲੀ ਦਾ ਤੇ 2 ਲੱਖ ਹੈਗਾ ਜਲੰਧਰ ਦਾ ਨਹੀਂ ਰੈਫਰੈਂਸ ਨੰਬਰ ਇੱਕੋ ਸਾਬਣਾ ਜਾਰੀ ਕਰਦੇ ਆ ਇਹ ਤੇ ਮਤਲਬ 2 ਲੱਖ ਦੇ ਨੇੜੇ ਤਾਂ ਨਹੀਂ ਹਜੇ ਪਹੁੰਚਿਆ ਮੇਰੇ ਹਿਸਾਬ ਨਾਲ ਨਹੀਂ ਪਹੁੰਚਿਆ ਤੇ ਇਹ ਸੀਗੀ ਇਹ ਮਤਲਬ ਇਹ ਬ੍ਰਾਂਚ ਜਿਹੜੀ ਆਪਣੀ ਆ ਨਾਰਥ ਜ਼ੋਨ ਆ ਜਿਹੜਾ ਦਿੱਲੀ ਆ ਦਿੱਲੀ ਐ ਵੈਸੀ ਪੈਂਦੀ ਆਪਾਂ ਨੂੰ ਸਾਰਿਆਂ ਨੂੰ ਜਲੰਧਰ ਚੰਡੀਗੜ੍ਹ ਤੇ ਦਿੱਲੀ ਜਿਹੜਾ ਜਲੰਧਰ ਚੰਡੀਗੜ੍ਹ ਇਹਨਾਂ ਨੇ ਫੇਲਾਂ ਇਕੱਠੀਆਂ ਕਰਕੇ ਦਿੱਲੀ ਨੂੰ ਭੇਜਣੀਆਂ ਤੇ ਉੱਥੋਂ ਵੀਜ਼ਾ ਲਾ ਕੇ ਆਉਣਾ ਤੁਹਾਡਾ ਉਸ ਤੋਂ ਬਾਅਦ ਇੱਕ ਮੇਰੀ ਵੀਰ ਦਾ ਹੋਰ ਬਹੁਤ ਵੀ ਦੇ ਕਮੈਂਟ ਸੀਗਾ ਖੁਸ਼ ਦਿਲ ਵੀਰ ਦਾ ਵੀ ਸਾਰੇ ਭੈਣ ਭਰਾਵਾਂ ਨੂੰ ਇੱਕ ਕਿ ਛੋਟੀ ਜੀ ਹੈਲਪ ਚਾਹੀਦੀ ਕੀ ਸੀ ਕਿ ਜਦੋਂ ਤੁਸੀਂ ਫਾਇਲ ਜਮਾ ਕਰਾਉਂਦੇ ਹੋ ਜਿਹੜੇ ਮੇਰੀ ਵੀਰਾਂ ਨੇ ਫਾਇਲ ਜਮਾ ਕਰਾਈ ਆ ਉਹ ਦੱਸ ਸਕਦਾ ਕਿ ਫਾਇਲ ਜਮਾ ਕਰਾਉਣ ਸਮੇਂ ਤੁਹਾਡੇ ਮਾਲਕ ਦਾ ਨੰਬਰ ਮੰਗਦੇ ਆ ਕਿਉਂਕਿ ਮੇਰੇ ਕੋਲ ਸੀ ਸਟੇਜ ਫਾਰਮ ਹੁੰਦਾ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਉਹਦੇ باوجود ਵੀ ਆਪਣੇ ਤੋਂ ਮਾਲਕ ਦਾ ਨੰਬਰ ਮੰਗਦੇ ਆ ਇਹ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਨਹੀਂ ਨਹੀਂ ਜ਼ਰੂਰੀ ਮੇਰਾ ਕੁਝ ਨਹੀਂ ਪੁੱਛਦੇ ਜੇਕਰ ਤੁਹਾਡੇ ਫਾਰਮ ਅੰਬੈਸ ਭਰੇ ਹੋਇਆ ਜੇਕਰ ਡੀ ਫਾਰਮ ਤੁਹਾਡਾ ਪਹਿਲਾਂ ਹੀ ਕੰਪਲੀਟ ਕੀਤਾ ਹੋਇਆ ਹੈ ਨਾ ਉਹਦੇ ਵਿੱਚ ਮਾਲਕ ਦਾ ਨੰਬਰ ਮਾਲਕ ਦਾ ਐਡਰੈਸ ਸਾਰਾ ਕੁਝ ਭਰਿਆ ਹੁੰਦਾ ਕੁਝ ਨਹੀਂ ਮੰਗਦੇ ਜੇਕਰ ਤੁਹਾਡਾ ਡੀ ਫਾਰਮ ਜਿਹੜਾ ਨਹੀਂ ਭਰਿਆ ਹੋਇਆ ਤੇ ਫਿਰ ਤੁਹਾਡੇ ਕੋਲੋਂ ਮਾਲਕ ਦਾ ਨੰਬਰ ਉਹ ਮੰਗ ਸਕਦੇ ਆ ਉੱਥੇ ਉਹਨਾਂ ਨੂੰ ਜੇ ਮੰਗਦੇ ਮਾਰਕ ਨੰਬਰ ਉਹਨਾਂ ਨੂੰ ਕਹੋ ਵੀ ਸੀ ਸਟੇਜ ਫਾਰਮ ਦੇ ਵਿੱਚ ਸਾਰਾ ਕੁਝ ਹੈਗਾ ਤੁਸੀਂ ਚੈੱਕ ਕਰ ਲਓ ਤੇ ਜੇ ਫੇਰ ਵੀ ਨਹੀਂ ਪਤਾ ਲਾ ਜੇ ਡੀ ਫਾਰਮ ਭਰਨਾ ਐਂਬੈਸੀ ਦੀ ਐਂਬੈਥੈਲ ਤਿਆਰ ਕਰਨੀ ਆ ਸਾਹਮਣੇ ਸਕਰੀਨ ਤੇ ਨੰਬਰ ਵੇਖ ਰਹੇ ਹਾਂ ਦਲਜੀਤ ਬਾਈ ਦਾ ਹਨਾ ਫੇਲ ਪੂਰੀ ਕੰਪਲੀਟ ਤਿਆਰ ਕਰਕੇ ਲੈ ਕੇ ਜਾਓ ਵੀਰ ਨਾਲ ਕੰਟੈਕਟ ਕਰ ਲਓ ਫੇਲ ਤੁਹਾਡੀ ਤਿਆਰ ਹੋ ਜੂਗੀ 15 ਮਿੰਟ ਦੇ ਵਿੱਚ ਤੁਸੀਂ ਫੇਲ ਸਬਮਿਟ ਕਰਕੇ ਬਾਹਰ ਆ ਜਾਓਗੇ ਕੋਈ ਕੁਝ ਨਹੀਂ ਪੁੱਛਦਾਗਾ ਉੱਥੇ ਸੋ ਜੇਕਰ ਤੁਹਾਡੀ ਪਹਿਲੇ ਸਾਰੀ ਤਿਆਰੀ ਕਰਕੇ ਗਏ ਹੋਗੇ ਤਾਂ 15 ਮਿੰਟ ਲੱਗਦੇ ਆ ਜੇ ਨਹੀਂ ਤਿਆਰੀ ਕੀਤੀ ਹੋਊਗੀ ਫੇਰ ਵੀਰੋ ਖੱਜਲ ਹੋਵੋਗੇ ਤੇ ਉਸ ਤੋਂ ਬਾਅਦ ਇਟਲੀ ਦੀ ਗੱਲ ਕਰਦੇ ਸੀਗੇ ਵੀ ਜਿਹੜੇ ਮੇਰੇ ਵੀਰਾਂ ਦੇ ਮਾਲਕ ਪੇਪਰ ਨਹੀਂ ਜਮ੍ਹਾਂ ਕਰਾਉਂਦੇ ਉਹਨਾਂ ਦਾ ਕੀ ਹਾਲ ਆ ਵੀਰ ਮੈਂ ਪਹਿਲਾਂ ਵੀ ਇੱਕ ਦੋ ਵੀਡੀਓ ਦੇ ਵਿੱਚ ਦੱਸਿਆ ਸੀਗਾ ਹੱਲ ਹੈਗੇ ਆ ਜਿਨ੍ਹਾਂ ਦੇ ਪੇਪਰ ਨਹੀਂ ਜਮ੍ਹਾਂ ਕਰਾਉਂਦੇ ਪਰ ਮੈਨੂੰ ਕੋਈ ਇਮਾਨਦਾਰ ਹਜੇ ਤੱਕ ਲੀਗਲ ਐਡਵਾਈਜ਼ਰ ਨਹੀਂ ਟੱਕ ਰਿਆ ਕਿਉਂਕਿ ਮੈਂ ਵੀਡੀਓਾਂ ਦੇ ਵਿੱਚ ਵੀ ਸ਼ੇਅਰ ਕਰ ਚੁੱਕਾ ਬਈ ਮੈਨੂੰ ਇਟਲੀ ਦੇ ਵਿੱਚ ਲੀਗਲ ਐਡਵਾਈਜ਼ਰ ਮਤਲਬ ਵਕੀਲ ਚਾਹੀਦਾ ਇੱਥੇ ਇੰਡੀਅਨ ਹੋਵੇ ਕਾਉਂਸਲੈਂਟ ਚਾਹੀਦਾ ਬਈ ਜਿਹੜਾ ਮੇਰੇ ਨਾਲ ਇਹ ਵੀਰਾਂ ਦੀਆਂ ਪ੍ਰੋਬਲਮਾਂ ਹੱਲ ਕਰਾ ਸਕੇ ਕਿਉਂਕਿ ਮੈਂ ਇਕੱਲਾ ਨਹੀਂ ਕਰ ਸਕਦਾ ਪ੍ਰੋਬਲਮ ਬਹੁਤ ਆ ਹੱਲ ਵੀ ਹੈਗਾ ਇਹਦਾ ਪਰ ਮੈਂ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲ ਟਾਈਮ ਹੈ ਨਹੀਂਗਾ ਸੋ ਹੱਲ ਹੈਗੇ ਆ ਤੇ ਉਹਨਾਂ ਦਿਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਜ਼ਰੂਰ ਇਹਦਾ ਕੋਈ ਨਾ ਕੋਈ ਸੋਲੂਸ਼ਨ ਲੈ ਕੇ ਹਾਜ਼ਰ ਹੋਊਗਾ ਬਿਨਾ ਮਾਲਕ ਤੋਂ ਪੇਪਰ ਜਮ੍ਹਾਂ ਕਰਾਉਣ ਬਾਰੇ ਅੱਛਾ ਧਿਆਨ ਨਾਲ ਨੋਟ ਕਰ ਲਓ ਜਿਹੜੇ ਮੇਰੇ ਵੀ ਇਟਲੀ ਆ ਰਹੇ ਆ ਜਿਹੜੇ ਬਿਨਾ ਮਾਲਕ ਤੋਂ ਪੇਪਰ ਜਮ੍ਹਾਂ ਕਰਾਉਂਦੇ ਆ ਏਜੰਟ ਕਹਿੰਦੇ ਆ ਵੀ ਆ ਜਾ ਤਰੀਕਾ ਟੱਜ ਤਿਆਰ ਹੋ ਗਈ ਆ ਤੈਨੂੰ ਪਰਫਾਤੂਰੇ ਨਹੀਂ ਲੈ ਕੇ ਜਾਂਦੇ ਅੱਛਾ ਜੇਕਰ ਤੁਹਾਨੂੰ ਪਰਫਾਤੂਰੇ ਨਹੀਂ ਲੈ ਕੇ ਜਾਂਦਾ ਮਾਲਕ ਜਾਂ ਏਜੰਟ ਸਿੱਧਾ ਹੀ ਤੁਹਾਨੂੰ ਡਾਕਖਾਨੇ ਲੈ ਜਾਂਦਾ ਇਹ ਗੱਲ ਦਾ ਖਾਸ ਕਹਿ ਰਿਖਿਓ ਜੇਕਰ ਤੁਹਾਨੂੰ ਸਿੱਧਾ ਹੀ ਡਾਕਖਾਨੇ ਲੈ ਜਾਂਦਾ ਜਿੱਥੇ ਕਿਟ ਜਮਾ ਕਰਾ ਕੇ ਤੇ ਉਥੋਂ ਰਸੀਦ ਮਿਲਦੀ ਆ ਤੇ ਬਚ ਕੇ ਰਹੋ ਮੇਰੇ ਵੀਰ ਨੋਟ ਕਰ ਲਿਓ ਇਹ ਗੱਲ ਨੂੰ ਨੋਟ ਕਰ ਲਿਓ ਸਿੱਧਾ ਡਾਕਖਾਨੇ ਪਹਿਲੀ ਵਾਰੀ ਡਾਕਖਾਨੇ ਨਹੀਂ ਜਾਣਾ ਪਹਿਲਾਂ ਤੁਸੀਂ ਜੇਕਰ ਇੱਕ ਨੰਬਰ ਦਾ ਕੰਮ ਕਰਾਉਣਾ ਪਹਿਲਾਂ ਤੁਸੀਂ ਜਾਣਾ ਪਰਫਾਜ਼ੂਰੇ ਦੇ ਵਿੱਚ ਮਾਲਕ ਦੇ ਨਾਲ ਉੱਥੇ ਸੈਨ ਕਰਦੇ ਆ ਤੁਸੀਂ ਠੀਕ ਆ ਮਾਰਕ ਨੇ ਵੀ ਸਾਈਨ ਕਰਦੇ ਆ ਦੋਹਾਂ ਦੇ ਇਕੱਠਿਆਂ ਦੇ ਸਾਈਨ ਹੋਣਗੇ ਤੁਹਾਡੀ ਐਂਟਰੀ ਹੋਊਗੀ ਉੱਥੋਂ ਜਿਹੜੇ ਪੇਪਰ ਮਿਲਣਗੇ ਉਹ ਪੇਪਰ ਲੈ ਕੇ ਤੁਸੀਂ ਡਾਕਖਾਨੇ ਤੋਂ ਇੱਕ ਕਿੱਟ ਲੈਣੀ ਹੁੰਦੀ ਹੈ ਪੇਪਰ ਲੈਣੇ ਹੁੰਦੇ ਆ ਤੁਹਾਨੂੰ ਨਹੀਂ ਪਤਾ ਲੱਗਣਾ ਉਹ ਤੁਹਾਡੇ ਜਾਂਡੂ ਨੂੰ ਸਭ ਪਤਾ ਹੋਊਗਾ ਉਹ ਪੇਪਰ ਭਰ ਕੇ ਪੂਰੀ ਫਾਈਲ ਤਿਆਰ ਕਰਕੇ ਵਿੱਚ ਜਿਹੜੇ ਪਰਫਾ ਤੁਰੇ ਤੋਂ ਮਿਲੇ ਪੇਪਰ ਆ ਉਹ ਨਾਲ ਲਾ ਕੇ ਫਿਰ ਜਮ੍ਹਾਂ ਕਰਾਉਣੇ ਆ ਡਾਕਖਾਨੇ ਦੇ ਵਿੱਚ ਉਸ ਤੋਂ ਬਾਅਦ ਰਸੀਦ ਮਿਲਣੀ ਆ ਫਿੰਗਰਾਂ ਦੀ ਤਰੀਕ ਮਿਲਦੀ ਹੈ ਜੇਕਰ ਤੁਸੀਂ ਨਹੀਂ ਪਰਫਾ ਤੁਰੇ ਜਾਂਦੇ ਇੱਥੇ ਵਿਖਿਆ 3500 3000 3500 ਯੂਰੋ ਏਜੰਟ ਲਈ ਜਾਂਦੇ ਆ ਖਾਲੀ ਕਟ ਜਮ੍ਹਾਂ ਕਰਾਉਂਦੀ ਖਾਲੀ ਕਟ ਕੀ ਜਮ੍ਹਾਂ ਕਰਾਉਂਦੀ ਤੁਸੀਂ ਕਟ ਤੁਸੀਂ ਇਸ ਭਰੋਸੇ ਨਾਲ ਰਹੋ ਵੀ ਸਾਨੂੰ ਰਸੀਦ ਮਿਲ ਗਈ ਹੈ ਪੇਪਰ ਜਮ੍ਹਾਂ ਕਰਾਇਆ ਦੀ ਕਟ ਜਮ੍ਹਾਂ ਕਰਾਇਆ ਦੀ ਸਿੱਧੀ ਮਿਲ ਗਈ ਹੈ ਇਹ ਵਹਿਮ ਕੱਢ ਦਿਓ ਦਿਲ ਤੋਂ ਭੁੱਲ ਜਿਓ ਜੇਕਰ ਤੁਸੀਂ ਨਹੀਂ ਪਰਫਾ ਤੁਰੇ ਗਏ ਤੇ ਤੁਹਾਨੂੰ ਕੱਲੀ ਕਟ ਡਾਕ ਖਾਣੇ ਲਿਆ ਕੇ ਜਮਾ ਕਰਾਤੀ ਆ ਵੀਰ ਮੇਰੇ ਉਹ ਬਈ ਨਾ ਨਾ ਬਚੋ ਕਿੱਟ ਜਮਾ ਹੋ ਜੂਗੀ ਤੁਹਾਡੀ ਹੋ ਜੂਗੀ ਕੁਝ ਕੋਈ ਵੱਡੀ ਗੱਲ ਨਹੀਂ ਕੀ ਜੇਕਰ ਉਹਦੇ ਵਿੱਚ ਤੁਸੀਂ ਪਰਫਾ ਟੂਰੀ ਵਾਲੇ ਪੇਪਰ ਨਹੀਂ ਪਾਏ ਤੁਹਾਡੀ ਐਂਟਰੀ ਨਹੀਂ ਹੋਈ ਮਾਲਕ ਤੁਹਾਡੇ ਨਾਲ ਨਹੀਂ ਗਿਆ ਉੱਥੋਂ ਪੇਪਰ ਜਿਹੜੇ ਮਿਲੇ ਸੀਗੇ ਉਹ ਨਾਲ ਨਹੀਂ ਲਾਏ ਤੇ ਸਮਝੋ ਵੀ ਉਹ ਫੋਕਅਪ ਹੈ ਰਾ ਠੀਕ ਆ ਕਿਸੇ ਨੂੰ ਨਾ ਡਟਾਓ ਆਪਾਂ ਆਪਣਾ 3500 33000 ਲਈ ਜਾਂਦੇ ਇਥੇ 3 3000 ਯੂਰੋ ਕਟ ਜਮ੍ਹਾਂ ਕਰਾਉਂਦੇ ਖਾਲੀ ਕਟ ਜਮ੍ਹਾਂ ਕਰਾਉਣੀ ਆ ਕਿੰਨੇ ਦੀ ਮਿਲਦੀ ਆ ਕਟ 30 ਯੂਰੋ ਦੀ 30 ਯੂਰੋ ਦੀ ਕਟ ਮਿਲਦੀ ਆ ਤੇ 30 ਯੂਰੋ ਤੇ ਐ ਕੰਟ੍ਰਿਬਿਊਟੀ ਮੇਰੇ ਹਿਸਾਬ ਨਾਲ ਕਿੰਨੇ ਦੀ ਭਰਦੇ ਆ ਪਤਾ ਨਹੀਂ 30 40 ਦੀ ਇੰਨੇ ਦੀ 45 ਦੀ ਭਰਦੇ ਆ ਚਲੋ ਉਹਦਾ ਛੱਡੋ 3500 ਯੂਰੋ ਯਾਰ ਵੀਰ ਮੇਰੇ ਜੇਕਰ ਤੁਹਾਨੂੰ ਨਹੀਂ ਕੋਈ ਪਰਫਾ ਤੁਰੇ ਲੈ ਕੇ ਗਿਆ ਤੁਹਾਡੀ ਨਈ ਐਂਟਰੀ ਨਹੀਂ ਹੋਈ ਤੁਹਾਨੂੰ ਕਹਿ ਦਿੰਦਾ ਬਈ ਆਇਆ ਤੇਰੀ ਮੈਂ ਕਿੱਟ ਜਮਾ ਕਰਾਉਣਾ ਨਾ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਉ ਹਨਾ ਤੁਸੀਂ ਆਉਂਦਾ ਨੁਕਸਾਨ ਕਰਾਉਗੇ ਉਸ ਤੋਂ ਬਾਅਦ ਇਹਦਾ ਨੁਕਸਾਨ ਕੀ ਹੈ ਠੀਕ ਆ ਤੁਹਾਡੀ ਕਿੱਟ ਜਮਾ ਹੋ ਜੂਗੀ ਉਹ ਤੁਹਾਨੂੰ ਫਿੰਗਰਾਂ ਦੀ ਤਰੀਕ ਮਿਲ ਜੂਗੀ ਕੋਈ ਸ਼ੱਕ ਨਹੀਂ ਜਦੋਂ ਤੁਸੀਂ ਡਾਕਖਾਨੇ ਜਾਉਂਗੇ ਕਿੱਟ ਉਹ ਜਮਾ ਹੋ ਗਿਆ ਖਾਲੀ ਲਫਾਵਾ ਜਮਾ ਹੋ ਗਿਆ ਹਨਾ ਉਹਨਾਂ ਨੇ ਫਿੰਗਰਾਂ ਦੀ ਤਰੀਕ ਡਾਕਖਾਨੇ ਦੇ ਦੇਣੀ ਆ ਉਸ ਤੋਂ ਬਾਅਦ ਜੇ ਤੁਸੀਂ ਫਿੰਗਰਾਂ ਦੇ ਜਾਓਗੇ ਤੁਹਾਨੂੰ ਕੰਟਰੀ ਆਊਟ ਦੇ ਦਿੱਤਾ ਜਾਊਗਾ ਕੰਟਰੀ ਆਊਟ ਬਈ ਸਾਡਾ ਮੁਲਕ ਛੱਡੋ ਇਹ ਕਿਉਂਕਿ ਇਹ ਸਾਰਾ ਕੁਝ ਇਲੀਗਲ ਆ ਗੈਰ ਕਾਨੂੰਨੀ ਆ ਜਿਹੜਾ ਤੁਸੀਂ ਕਿਟ ਜਮ੍ਹਾਂ ਕਰਾਈਏ ਗੈਰ ਕਾਨੂੰਨੀ ਆ ਜਿਵੇਂ ਤੁਹਾਨੂੰ ਸੱਦਿਆ ਜੇਕਰ ਤੁਹਾਡੇ ਨਾਲ ਉਹ ਨਹੀਂ ਖੜਾ ਤੇ ਇਹ ਗੈਰ ਕਾਨੂੰਨੀ ਆ ਤੁਹਾਨੂੰ ਕੰਟਰੀ ਆਊਟ ਮਿਲੂਗਾ ਜਾਂ ਤੁਹਾਡਾ ਉਸੇ ਪਾਸਪੋਰਟ ਜ਼ਬਤ ਕੀਤਾ ਜਾਊਗਾ ਫਿਰ ਜਿੱਨਾ ਚ ਤੁਸੀਂ ਕੰਟਰੀ ਨਹੀਂ ਛੱਡਦੇਗੇ ਇਟਲੀ ਨਹੀਂ ਛੱਡਦੇ ਤੇ ਤੁਹਾਨੂੰ ਉਥੇ ਹਾਜ਼ਰੀ ਵੀ ਲਗਾਉਣੀ ਪੈ ਸਕਦੀ ਆ ਸੋ ਵੀ ਮੇਰੋ ਇਹ ਚੀਜ਼ਾਂ ਕੋਈ ਤੁਹਾਨੂੰ ਨਹੀਂ ਦੱਸਦਾਗਾ ਕਿਸੇ ਨੇ ਨਹੀਂ ਦੱਸਣੀਆ ਜਿਹੜੀ ਮੈਂ ਗੱਲ ਦੱਸਦ ਨੂੰ ਆ ਇਹ ਬਰੀਕੀ ਦੀਆਂ ਗੱਲਾਂ ਆਪਾਂ ਕਹਿ ਦਉਂਦੇ ਆ ਵੀ ਐਂਟਰੀ ਹੋ ਗਈ ਆ ਸਾਡੀ ਕਿੱਟ ਜਮ੍ਹਾਂ ਹੋ ਗਈ ਆ ਕਿੱਟ ਖਾਲੀ ਤਾਂ ਨਹੀਂ ਕਿਤੇ ਜਮ੍ਹਾਂ ਹੋਈ ਤੁਹਾਡੀ ਇਹ ਗੱਲ ਦਾ ਖਾਸ ਖਿਆਲ ਰੱਖਿਓ ਵੀ ਤੁਹਾਡੀ ਕਿੱਟ ਕਿਤੇ ਖਾਲੀ ਤਾਂ ਨਹੀਂ ਜਮ੍ਹਾਂ ਹੋਈ ਵੀ ਤੁਹਾਨੂੰ ਕਿੱਟ ਜਮ੍ਹਾਂ ਕਰਾਤੀ ਆ ਰਸੀਦ ਮਿਲ ਗਈ ਆ ਹਨਾ ਵੀ ਤੁਸੀਂ ਉਸੇ ਰਸੀਦ ਦੇ ਉੱਤੇ ਉੱਡੇ ਨਾ ਫਿਰਿਓ ਉਹ ਖਾਲੀ ਲਫਾਫਾ ਇਹ ਮੇਰੇ ਗੱਲਾਂ ਮੇਰੇ ਲੰਮੀਆਂ ਜ਼ਰੂਰ ਹੁੰਦੀਆਂ ਪਰ ਸਹੀ ਹੁੰਦੀਆਂ ਜੇ ਤੁਸੀਂ ਦਿਮਾਗ ਚ ਪਾ ਲਓਗੇ ਤਾਂ ਅਜੀਲ ਵਾਲਾ ਬੰਦਾ ਵੀ ਜਿੰਨਾ ਵੀਰਾਂ ਨੇ ਅਜੀਲ ਕਰਾਈ ਹੈ ਜਦੋਂ ਪੇਪਰ ਖੋਲਦੇ ਆ ਕਿ ਦੇਸਣਾ ਤੋੜੀ ਖੁੱਲਦਾ ਪੱਕਾ ਹੋ ਸਕਦਾ ਕਿ ਨਹੀਂ ਹੋ ਸਕਦਾ ਡਿਪੈਂਡ ਕਰਦਾ ਵੀ ਤੁਸੀਂ ਕੰਮ ਕਰਦੇ ਹੋ ਅਜੀਲ ਕਰਾਈ ਆ ਹਨਾ ਕੋਈ ਵੀ ਅਜੀਲ ਕਰਾਈ ਆ ਤੁਸੀਂ ਕਿਸੇ ਨਾ ਕਿਸੇ ਮਾਲਕ ਦੇ ਕੰਮ ਕਰਦੇ ਹੋ ਰੈਗੂਲਰ ਹੋਣੇ ਚਾਹੀਦੇ ਆ ਵੀ ਜਿਹੜਾ ਤੁਹਾਡਾ ਇਹ ਦਮਾਂ ਦਾ ਕਰ ਸਕੇ ਫੈਮਿਲੀ ਅਪਾਇੰਟਮੈਂਟ ਦੀ ਗੱਲ ਕਰਦਾ ਫੈਮਿਲੀ ਅਪਾਇੰਟਮੈਂਟਾਂ ਬਈ ਜੇਕਰ ਤੁਸੀਂ ਖੁਦ ਚੈੱਕ ਸਕਦੇ ਆ ਤੇ ਆਪਣੀ ਸੈਟਅਪ ਤੇ ਉੱਤੇ ਆਈਡੀ ਈਮੇਲ ਆਈਡੀ ਬਣਾਓ ਜਦੋਂ ਵੀ ਖੁੱਲਣਗੀਆਂ ਤੁਸੀਂ ਚੱਕ ਲਿਓ ਜੇ ਨਹੀਂ ਖੁਦ ਚੱਕ ਸਕਦੇ ਤਾਂ ਸਾਹਮਣੇ ਸਕਰੀਨ ਤੇ ਦਵਿੰਦਰ ਦਲਜੀਤ بھائی ਦਾ ਨੰਬਰ ਚਾਤਿਆ ਹੈ ਨਾ ਤੇ ਉਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਆ ਕਿਉਂਕਿ ਫੈਮਲੀ ਅਪਾਇੰਟਮੈਂਟਾਂ ਨਹੀਂ ਹਜੇ ਖੁੱਲ ਰਹੀਆਂ ਪਤਾ ਨਹੀਂ ਕਦੋਂ ਖੁੱਲਣਗੀਆਂ ਕਿਸੇ ਨੂੰ ਨਹੀਂ ਪਤਾ ਉਸ ਤੋਂ ਬਾਅਦ ਵੀਜ਼ਾ ਪ੍ਰੋਸੈਸ ਵੀਜ਼ਾ ਪ੍ਰੋਸੈਸ ਦਾ ਅਪਾਇੰਟਮੈਂਟ ਸਮੇਂ ਨਹੀਂ ਆਏਗਾ ਅੱਛਾ ਵੀਜ਼ਾ ਪ੍ਰੋਸੈਸ ਜਿਹੜੇ ਮੇਰੇ ਵੀਰ ਕੱਲ ਫੈਲ ਜਮਾ ਕਰਾ ਕੇ ਆਏ ਆ ਬੀਤੇ ਕੱਲ ਫਾਇਲ ਜਮਾ ਕਰਾ ਕੇ ਐਮਬੈਸੀ ਤੋਂ ਹਜੇ ਬਾਹਰ ਨਹੀਂ ਨਿਕਲੇ ਕਹਿੰਦੇ ਭਾਜੀ ਵੀ ਜਿਹੜਾ ਇਹ ਟਰੈਕ ਨਹੀਂ ਹੋ ਰਿਹਾ ਇਹਦਾ ਵੀਜ਼ਾ ਪ੍ਰੋਸੈਸ ਕਿੰਨੇ ਟਾਈਮ ਦਾ ਉਹ ਯਾਰ ਵੇਟ ਕਰ ਲੋ ਸਬਰ ਕਰਿਆ ਕਰੋ ਮੇਰੇ ਭਾਈ ਵੇਟ ਕਰੋ 7 ਦਿਨ ਵੇਟ ਕਰੋ 7-8 ਦਿਨ ਵੇਟ ਕਰੋ ਵਰਕਿੰਗ ਡੇਸ ਦਾ ਤੁਹਾਡੇ ਫੋਨ ਤੇ ਮੈਸੇਜ ਆਊਗਾ ਸਾਰਾ ਕੁਝ ਸਾਰਾ ਕੁਝ ਤੁਹਾਨੂੰ ਬਿਲੂਗਾ ਹਜੇ ਐਮਬੈਸੀ ਤੋਂ ਬਾਹਰ ਨਹੀਂ ਹੋਇਆ ਮੇਰੇ ਵੀਰ ਕਹਿੰਦਾ ਭਾਈ ਬੀਐਫਐਸ ਤੋਂ ਬਾਹਰ ਕੜਾ ਮੈਂ ਤੇਦਾ ਕੀ ਪ੍ਰੋਸੈਸ ਹੋਣ ਕੇਦੋਂ ਮੈਸੇਜ ਆਊਗਾ ਤੁਸੀਂ ਯਾਰ ਘਰੇ ਜਾਓ ਆਰਾਮਦਾਰੀ ਦਾ ਸੋ ਐਨੇ ਕਾਲੀ ਵੀ ਨਾ ਕਰਿਆ ਕਰੋ ਕਾਲੀ ਦੇ ਵਿੱਚ ਤੁਸੀਂ ਆਪਣਾ ਨੁਕਸਾਨ ਕਰਾਉਣਾ ਵੀਰ ਵੀਰੋ ਤੇ ਇਹੀ ਸੀ ਕਿ ਮੈਂ 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 ਕੀ ਅਪਡੇਟ ਥੋੜੀ ਜੀ ਜ਼ਿਆਦਾ ਜਾਣਕਾਰੀ ਕਿਉਂਕਿ ਮੈਂ ਜਿਹੜੀ ਗੱਲ ਦੱਸਦਾ ਹਾਂ ਡੂੰਗੀ ਦੱਸਦਾ ਥੋੜੀ ਜੀ ਜਿਹੜੇ ਮੇਰੇ ਵੀਰਾਂ ਨੂੰ ਚੰਗੀ ਲੱਗਦੀ ਆ ਉਹ ਸਮਝ ਜਾਂਦੇ ਆ ਕਈ ਮੇਰੇ ਵੀਰ ਕਹਿੰਦੇ ਵੀ ਇਹ ਵੀਡੀਓ ਦੇ ਵਿਊ ਲੈਣ ਦਾ ਮੇਰਾ ਟਾਈਮ ਵੇਸਟ ਕਰੀ ਜਾਂਦਾ ਸਾਲਾ ਨਹੀਂ ਇਹ ਤੁਹਾਡੇ ਕੰਮ ਆਉਣੀਆਂ ਗੱਲਾਂ ਜਿਹੜੀ ਮੈਂ ਹੁਣ ਗੱਲ ਕੀਤੀ ਹੈ ਨਾ ਵੀ ਐਂਟਰੀ ਦੀ ਗੱਲ ਇਹ ਤੁਹਾਡੇ ਕੰਮ ਆਉਣ ਵਾਲੀ ਆ ਵੀਰ ਮੇਰੋ ਠੀਕ ਆ ਜਿਹੜੇ ਆ ਚੁੱਕੇ ਉਹਨਾਂ ਦੇ ਵੀ ਕੰਮ ਆਉਣ ਵਾਲੀ ਆ ਸੋ ਇਹ ਸੀਗੀ ਅਪਡੇਟ ਸਸਰੀ ਘਰ ਸਾਰਿਆਂ ਨੂੰ ਰੱਬ ਰਾਖਾ ਧੰਨਵਾਦ